ਦੋਸਤੋ, ਇਹ ਕੁਐਸਚਨ ਅਕਸਰ ਹਰ ਨੈਣੀ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੈਨੇਡਾ ਹੀ ਕਿਉਂ ਜਾਣਾ ਚਾਹੁੰਦੇ ਹੋ। ਤਾਂ ਬੱਚਿਆਂ ਦਾ ਅਕਸਰ ਇਹ ਜਵਾਬ ਹੁੰਦਾ ਹੈ ਕਿ ਉਹ ਜ਼ਿਆਦਾ ਡਿਵੈਲਪ ਹੈ ਸਾਡੀ ਕੰਟਰੀ ਨਾਲੋਂ, ਅਸੀਂ ਇਸ ਲਈ ਜਾਣਾ ਚਾਹੁੰਦੇ ਹਾਂ। ਕੈਨੇਡਾ ਦੇ ਵਰਕ ਵੀਜ਼ਾ ਦੇਣ ਵਾਲਿਆਂ ਨੂੰ ਵੀ ਪਤਾ ਹੈ ਅਤੇ ਸਟੱਡੀ ਵੀਜ਼ਾ ਦੇਣ ਵਾਲੀ ਐਮਬੈਸੀ ਨੂੰ ਵੀ ਪਤਾ ਹੈ ਕਿ ਇਹ ਜੋ ਫੋਰਨਰਸ ਹਨ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਜਾਂ ਮਾਲਦੀਵਸ ਤੋਂ, ਨਾ ਇਹ ਸਟੱਡੀ ਕਰਨ ਲਈ ਜਾ ਰਹੇ ਹਨ, ਇਹ ਉੱਥੇ ਕੰਮ ਕਰਨ ਲਈ ਜਾ ਰਹੇ ਹਨ। ਅਤੇ ਜਿਹੜਾ ਕਹਿੰਦਾ ਹੈਗਾ ਕਿ ਮੈਂ ਉੱਥੇ ਨੈਨੀ ਬਣ ਕੇ ਕੰਮ ਕਰਨ ਜਾ ਰਿਹਾ, ਤਾਂ ਉਹਨਾਂ 'ਚੋਂ ਮੈਜੋਰਿਟੀ ਜਿਹੜਾ ਹੈਗਾ ਉੱਥੇ ਸੈਟਲ ਹੋਣ ਲਈ ਜਾ ਰਿਹਾ ਹੁੰਦਾ ਹੈ। ਅਗਰ ਤੁਸੀਂ ਇਸ ਕੁਐਸਚਨ ਦਾ ਜਵਾਬ ਸਮਾਰਟਲੀ ਨਹੀਂ ਦਿੰਦੇ ਜਾਂ ਉੱਥੇ ਕਹਿ ਦਿੰਦੇ ਹੋ ਕਿ ਮੈਂ ਉੱਥੇ ਸੈਟਲ ਹੋਣ ਜਾ ਰਿਹਾ, ਤਾਂ ਇਹ ਆਪਣੇ ਆਪ 'ਚ ਘਾਤਕ ਹੁੰਦਾ ਹੈਗਾ। ਕਿਉਂਕਿ ਉਹਨਾਂ ਦਾ ਵਾਰ ਵਾਰ ਇਹੀ ਕੁਐਸਚਨ ਹੁੰਦਾ ਹੈ ਕਿ ਤੁਸੀਂ ਇੰਡੀਆ ਵਿੱਚ ਹੀ ਨੈਨੀ ਦੀ ਨੌਕਰੀ ਕਿਉਂ ਪਸੰਦ ਨਹੀਂ ਕੀਤੀ? ਉੱਥੇ ਵੀ ਤੁਸੀਂ ਚਾਈਲਡ ਕੇਅਰ, ਓਲਡ ਏਜ ਕੇਅਰ, ਡਿਸੇਬਲ ਕੇਅਰ ਦੀ ਸੇਵਾ ਕਰ ਸਕਦੇ ਸੀ, ਜਾਂ ਤੁਸੀਂ ਸਿੱਧਾ ਹੀ ਕੋਰਸ ਕਰਕੇ ਕੈਨੇਡਾ ਦੀ ਉਡਾਰੀ ਮਾਰਨਾ ਚਾਹੁੰਦੇ ਹੋ, ਤਾਂ ਇਹਦਾ ਮਤਲਬ ਹੈ ਤੁਹਾਨੂੰ ਤੁਸੀਂ ਐਕਸਪੀਰੀਅੰਸ ਲਏ ਬਗੈਰ ਹੀ ਉੱਧਰ ਜਾ ਕੇ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀਆਂ ਜਿਹੜੀਆਂ ਇੰਟੈਂਸ਼ਨ ਹਨ ਉਹ ਉੱਥੇ ਸੈਟਲ ਹੋਣ ਦੀ ਹਨ, ਬਿਲਕੁਲ ਉਵੇਂ ਹੀ ਜਿਵੇਂ ਕਿ ਇੱਕ ਸਟੂਡੈਂਟ ਜਿਹੜਾ ਹੈ ਉੱਥੇ ਜਾ ਕੇ ਪੜ੍ਹਦਾ ਘੱਟ ਹੈ ਅਤੇ ਕੰਮ ਜ਼ਿਆਦਾ ਕਰਦਾ ਹੈ। ਇਸ ਤਰ੍ਹਾਂ ਹੀ ਬੱਚੇ ਕਈ ਵਾਰੀ ਉਸਦਾ ਜਵਾਬ ਦਿੰਦੇ ਹਨ ਅੱਗੋਂ, ਜਿਹੜੇ ਸਿਆਣੇ ਹੁੰਦੇ ਹਨ, ਕਿ ਅਸੀਂ ਆਪਣੀ ਦੇਸ਼ ਨਾਲੋਂ ਡਿਵੈਲਪ ਕੰਟਰੀ 'ਚ ਜਾ ਕੇ ਬੱਚਿਆਂ ਦੀ ਦੇਖਭਾਲ ਜਾਂ ਬਜ਼ੁਰਗਾਂ ਦੀ ਦੇਖਭਾਲ ਦੀਆਂ ਸਕਿੱਲਸ ਸਿੱਖ ਕੇ ਮੁੜ ਕੇ ਵਾਪਸ ਆਉਣਾ ਚਾਹੁੰਦੇ ਹਾਂ, ਕਿ ਡਿਵੈਲਪ ਕੰਟਰੀ ਵਿੱਚ ਅਲੱਗ ਅਲੱਗ ਕਲਚਰ ਦੇ ਵਿੱਚ ਰਹਿ ਕੇ ਕਿਵੇਂ ਸਿੱਖਿਆ ਜਾਵੇ ਕਲਚਰ, ਅਲੱਗ ਅਲੱਗ ਰੇਸ ਦੇ ਵਿੱਚ, ਨਸਲ ਵਿੱਚ, ਅਲੱਗ ਅਲੱਗ ਕਲਚਰ ਵਿੱਚ, ਕਿਉਂਕਿ ਸਾਡਾ ਜਿਵੇਂ ਜੈਪੁਰ 'ਚ ਕਲਚਰ ਹੋਰ ਹੈ, ਪੰਜਾਬੀ ਕਲਚਰ ਹੋਰ ਹੈ, ਗੁਜਰਾਤੀ ਕੁਛ ਹੋਰ ਹੈ, ਉਹਦੇ 'ਚ ਖਾਣਾ ਪੀਣਾ ਸਹਿਣਾ ਕਿਵੇਂ ਹੈ, ਉੱਥੋਂ ਦੇ ਬੱਚਿਆਂ ਦਾ ਕਿਵੇਂ ਬਿਹੇਵੀਅਰ ਹੈ, ਉਹਨੂੰ ਅਸੀਂ ਸਟੱਡੀ ਕਰਨ ਜਾਂਦੇ ਹਾਂ, ਅਤੇ ਉਹਦੇ ਉੱਥੋਂ ਨਵੀਆਂ ਟੈਕਨੀਕ ਸਿੱਖ ਕੇ ਅਸੀਂ ਆਵਾਂਗੇ, ਅਤੇ ਇੱਥੇ ਆ ਕੇ ਕੁਛ ਅਸੀਂ ਆਪਣਾ ਸੈਟਅਪ ਜਾਂ ਕਿਸੇ ਦੇ ਅੰਡਰ ਨੌਕਰੀ ਨਵੀਆਂ ਤਕਨੀਕਾਂ ਨਾਲ ਕਰਾਂਗੇ। ਵੀ ਸਾਡੇ ਜਾਣ ਦਾ ਉੱਥੇ ਮਕਸਦ ਇੱਕ ਤਰ੍ਹਾਂ ਦੀ ਚਾਈਲਡ ਕੇਅਰ ਜਾਂ ਓਲਡ ਏਜ ਕੇਅਰ ਜਾਂ ਡਿਸੇਬਲ ਕੇਅਰ ਵਿੱਚ ਇੱਕ ਪ੍ਰਕਾਰ ਦੀ ਰਿਸਰਚ ਹੈ, ਅਸੀਂ ਬਿਲਕੁਲ ਉੱਥੇ ਸੈਟਲ ਨਹੀਂ ਹੋਵਾਂਗੇ। ਦੋਸਤੋ, ਇਹ ਤਾਂ ਕੁਝ ਜਨਰਲ ਕੁਐਸਚਨ ਦੇ ਨਾਲ, ਮੈਂ ਟੈਕਨੀਕਲ ਵੀ ਦੱਸਾਂਗਾ, ਕਿ ਜਨਰਲ ਕੁਐਸਚਨ ਤਾਂ ਤੁਹਾਨੂੰ ਟੀਚਰਾਂ ਨੇ ਹਰ ਨੇ ਕਰਾਏ ਹੋਣੇ ਕਿ ਤੁਹਾਡੇ ਇੰਪਲਾਇਰ ਦਾ ਕੀ ਨਾਮ ਹੈ, ਤੁਹਾਡੇ ਇੰਪਲਾਇਰ ਦਾ ਕੀ ਐਡਰੈਸ ਹੈ, ਤੁਹਾਡੇ ਐਡਵੋਕੇਟ ਦਾ ਕੀ ਨਾਮ ਹੈ, ਅਤੇ ਤੁਹਾਡੇ ਐਡਵੋਕੇਟ ਦਾ ਕੀ ਐਡਰੈਸ ਹੈ, ਮੋਬਾਈਲ ਹੈ ਕੀ ਹੈ, ਅਤੇ ਈਮੇਲ ਕੀ ਹੈ। ਇਹ ਤਾਂ ਇੱਕ ਜਨਰਲ ਕੁਐਸਚਨ ਹਨ ਜੋ ਕਿ ਹਰ ਨੈਣੀ ਨੂੰ ਚਲਾਉਣ ਵਾਲਾ ਇੱਕ 10ਵੀਂ ਪਾਸ ਵੀ ਤੁਹਾਨੂੰ ਕਰਾ ਸਕਦਾ ਹੈ। ਪਰ ਜਿਹੜੇ ਐਕਸਪਰਟ ਅਤੇ ਟੈਕਨੀਕਲ ਕੁਐਸਚਨ ਉਹਨਾਂ ਵੱਲੋਂ ਹੁੰਦੇ ਹਨ ਕਿ ਦੇਖਿਆ ਜਾਵੇ ਇਹਦੇ ਵਿੱਚ ਨੈਣੀ ਦੇ ਪੱਖੋਂ ਕੀ ਚੀਜ਼ਾਂ ਹਨ ਜਿਹੜੀਆਂ ਕਿ ਇਸਨੂੰ ਦੂਸਰਿਆਂ ਨਾਲੋਂ ਅਲੱਗ ਕਰਦੀਆਂ ਹਨ, ਅਤੇ ਇਸਦੀ ਅਲਾਈਡ ਹੈਲਥ ਬਾਰੇ ਨੌਲੇਜ ਕਿੰਨੀ ਹੈ, ਤਾਂ ਜੋ ਇਹ ਕੈਨੇਡਾ ਵਿੱਚ ਰਹਿ ਰਹੇ ਚਾਹੇ ਇੰਡੀਅਨ ਹਨ ਚਾਹੇ ਉੱਥੋਂ ਦੇ ਵਸਨੀਕ ਹਨ, ਉਹਨਾਂ ਨੂੰ ਉਹਨਾਂ ਵਾਸਤੇ ਜ਼ਿੰਦਗੀ ਦਾ ਖਤਰਾ ਤਾਂ ਨਹੀਂ ਬਣ ਜਾਵੇਗਾ ਇਹ ਨੈਣੀ? ਤਾਂ ਦੋਸਤੋ, ਬਿਲੀਰੂਬਿਨ ਅਤੇ ਜੌਂਡਿਸ ਆਪਸ ਦੇ ਵਿੱਚ ਜਿਵੇਂ ਰਿਲੇਟਿਡ ਹਨ, ਤਾਂ ਉਹਨਾਂ ਬਾਰੇ ਪੁੱਛਿਆ ਗਿਆ ਕਿ ਬਿਲੀਰੂਬਿਨ, ਜੌਂਡਿਸ ਅਤੇ ਅਨੀਮੀਆ ਵਿੱਚ ਕੀ ਫਰਕ ਹੈ। ਜਿਵੇਂ ਮੈਂ ਬਹੁਤ ਵਾਰੀ ਆਪਣੀ ਕਲਾਸ ਦੱਸਿਆ ਹੈਗਾ ਕਿ ਜੌਂਡਿਸ ਇੱਕ ਐਸੀ ਲੀਵਰ ਦੀ ਬਿਮਾਰੀ ਹੈ ਜਿਹਦੇ ਵਿੱਚ, ਜਿਹਨੂੰ ਅਸੀਂ ਪੀਲੀਆ ਕਹਿੰਦੇ ਹੈ ਪੰਜਾਬੀ ਅਤੇ ਹਿੰਦੀ ਵਿੱਚ, ਜਿਸ ਵਿੱਚ ਸੀਰਮ ਬਿਲੀਰੂਬਿਨ ਵੱਧ ਜਾਂਦਾ ਹੈਗਾ। ਸੀਰਮ ਤੋਂ ਭਾਵ ਹੈ ਬਲੱਡ ਮਾਈਨਸ ਕਲੋਟ, ਬਲੱਡ 'ਚੋਂ ਕਲੋਟ ਕੱਢ ਦਿਉ ਤਾਂ ਸੀਰਮ ਰਹਿ ਗਿਆ। ਬਿਲੀਰੂਬਿਨ ਇੱਕ ਵੇਸਟ ਪ੍ਰੋਡਕਟ ਹੈ ਜਿਹੜਾ ਕਿ ਆਰ ਬੀ ਸੀ ਦੇ ਟੁੱਟਣ ਨਾਲ ਬਣਦਾ ਹੈਗਾ, ਕਿਉਂਕਿ ਸਾਡੀ ਬੋਡੀ ਦੇ ਵਿੱਚ ਸੀਮਤ ਆਇਰਨ ਹੁੰਦਾ ਹੈਗਾ ਜੋ ਆਪਾਂ ਸਬਜ਼ੀਆਂ ਦੇ ਰੂਪ 'ਚ ਖਾਂਦੇ ਹੈਗੇ, ਅਤੇ ਅਗਰ ਉਹ 40 ਤੋਂ 120 ਦਿਨ
ਵਿੱਚ RBC ਦੇ ਰੂਪ ਵਿੱਚ ਖਤਮ ਹੋ ਜਾਵੇ ਤਾਂ ਸਾਨੂੰ ਆਇਰਨ ਦੀ ਫਿਰ ਦੁਬਾਰਾ ਲੋੜ ਪੈਂਦੀ ਹੈਗੀ, ਕਿਉਂਕਿ RBC ਦਾ ਜੋ ਲਾਈਫ ਸਾਈਕਲ ਹੈ ਉਹ 40 ਤੋਂ 120 ਦਿਨ ਦਾ ਹੈਗਾ। RBC ਵਿੱਚ ਹੀ ਆਇਰਨ ਜਾਂ ਲੋਹਾ ਪਿਆ ਹੈਗਾ। ਹਿਮ ਦਾ ਮਤਲਬ ਹੈ ਕਲਰ ਅਤੇ ਗਲੋਬਿਨ ਦਾ ਮਤਲਬ ਪ੍ਰੋਟੀਨ, ਯਾਨੀ ਕਲਰਡ ਪ੍ਰੋਟੀਨ 1/3 ਹਿੱਸਾ, ਯਾਨੀ ਕਿ ਲਗਭਗ 7.2 ਮਾਈਕਰੋਨ ਦਾ RBC ਹੁੰਦਾ ਹੈਗਾ ਅਤੇ ਉਹਦਾ 1/3 ਹਿੱਸਾ ਘੇਰਦਾ ਹੈਗਾ, 2.4 ਮਾਈਕਰੋਨ ਘੇਰਦਾ ਹੈਗਾ HB ਹੀਮੋਗਲੋਬਿਨ। ਅਨੀਮੀਆ ਵਿੱਚ HB ਘੱਟ ਜਾਂਦਾ ਹੈ, ਨਾ ਕਿ ਬਲੱਡ, ਯਾਨੀ ਕਿ ਹੀਮੋਗਲੋਬਿਨ ਜੋ ਕਿ ਇੱਕ ਕਲਰਡ ਪਿਗਮੈਂਟ ਹੈ ਜਿਹਦੇ ਵਿੱਚ ਲੋਹਾ ਵੀ ਹੈ, ਆਇਰਨ ਵੀ ਹੈ ਅਤੇ ਪ੍ਰੋਟੀਨ ਵੀ ਹੈ, ਉਹ ਘੱਟ ਜਾਂਦਾ ਹੈ, ਉਹਨੂੰ ਅਨੀਮੀਆ ਕਹਿੰਦੇ ਹਨ। ਜਿਹੜਾ ਪੀਲੀਆ ਹੁੰਦਾ ਉਹਨੂੰ ਜੌਂਡਿਸ ਕਹਿੰਦੇ ਹਨ, ਜਿਹਦੇ ਵਿੱਚ ਸੀਰਮ ਬਿਲੀਰੂਬਿਨ ਵੱਧ ਜਾਵੇ। ਤਾਂ ਦੋਨਾਂ ਦਾ ਆਪਸੀ ਅਲੱਗ ਅਲੱਗ ਚੀਜ਼ਾਂ ਹਨ। ਜੌਂਡਿਸ ਕਿੰਨੇ ਕਿਸਮ ਦਾ ਹੁੰਦਾ ਹੈਗਾ? ਜੌਂਡਿਸ ਜਾਂ ਪੀਲੀਆ ਲਗਭਗ 3 ਕਿਸਮ ਦਾ ਹੁੰਦਾ ਹੈਗਾ। ਅਬਸਟ੍ਰਕਟਿਵ ਜੌਂਡਿਸ ਮੀਨਸ ਰਸਤੇ ਵਿੱਚ ਕੋਈ ਰੁਕਾਵਟ ਹੈ ਉਸ ਕਰਕੇ ਹੋ ਗਿਆ। ਅਬਸਟ੍ਰਕਟਿਵ ਦਾ ਮਤਲਬ ਹੈ ਕਿ ਲੀਵਰ ਦੀ ਕੋਈ ਨਾਲੀ ਹੈ ਉਹਦੇ 'ਚ ਕੋਈ ਰੁਕਾਵਟ ਹੈ, ਕੈਂਸਰ ਹੈ ਜਾਂ ਸਟੋਨ ਹੈ, ਗਾਲ ਬਲੈਡਰ ਸਟੋਨ ਉੱਥੇ ਹੈ ਜਾਂ ਸਟ੍ਰਿਕਚਰ ਹੈ, ਮਾਸ ਵਧਿਆ ਹੋਇਆ, ਜਿਸ ਕਰਕੇ ਕਿ ਅਬਸਟ੍ਰਕਟਿਵ ਜੌਂਡਿਸ ਹੁੰਦਾ ਹੈ। ਉਸ ਤੋਂ ਬਾਅਦ ਹੈਪੈਟੋਸੈਲਰ ਜੌਂਡਿਸ, ਜਿਹਦੇ ਵਿੱਚ ਲੀਵਰ ਦੇ ਸੈੱਲ, ਜਿਹੜੇ ਲੀਵਰ ਦੇ ਸੈੱਲ ਹਨ ਉਹ ਖੁਦ ਹੀ ਕਿਸੇ ਜ਼ਹਿਰ ਰੂਪੀ ਦਵਾਈ ਜਾਂ ਮੈਡੀਸਨ ਜਾਂ ਕੈਮੀਕਲ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਕਿ ਹੈਪੈਟੋਸੈਲੂਲਰ ਜੌਂਡਿਸ ਹੁੰਦਾ ਹੈ। ਅਬਸਟ੍ਰਕਟਿਵ ਜਿਹੜਾ ਕਿ ਅਬਸਟ੍ਰਕਸ਼ਨ ਕਰਕੇ ਹੁੰਦਾ ਹੈ ਬਾਇਲ ਡਕਟ ਵਿੱਚ, ਹੈਪੈਟੋਸੈਲੂਲਰ ਜਿਹੜਾ ਕਿ ਜਿਹੜੇ ਲੀਵਰ ਦੇ ਸੈੱਲ ਹਨ ਉਹਨਾਂ ਦੀ ਮੌਤ ਹੋਣ ਕਾਰਨ ਹੁੰਦਾ ਹੈਗਾ। ਅਤੇ ਤੀਸਰਾ ਕੋਲੇਸਟੈਟਿਕ, ਯਾਨੀ ਕਿ ਜਿਹੜਾ ਲੀਵਰ ਬਰਾਊਨ ਕਲਰ ਦਾ, ਗ੍ਰੀਨਿਸ਼ ਬਰਾਊਨ ਜੂਸ ਬਣਾਉਂਦਾ ਹੈਗਾ ਚਰਬੀ ਜਾਂ ਫੈਟਸ ਨੂੰ ਚਬਾਉਣ ਲਈ, ਫੈਟਸ ਨੂੰ ਫੈਟੀ ਐਸਿਡ ਅਤੇ ਗਲਿਸਰੋਲ ਕਨਵਰਟ ਕਰਨ ਲਈ, ਉਹਦਾ ਜਿਹੜਾ ਤਰਲ ਪਦਾਰਥ ਹੈ ਉਹਦੇ ਵਹਾਵ ਦੇ ਵਿੱਚ ਰੁਕਾਵਟ, ਯਾਨੀ ਕੋਲੇਸਟੈਟਿਕ ਜੌਂਡਿਸ। ਤਾਂ ਜੌਂਡਿਸ 3 ਪ੍ਰਕਾਰ ਦਾ, ਕੋਲੇਸਟੈਟਿਕ, ਅਬਸਟ੍ਰਕਟਿਵ ਅਤੇ ਪੈਟੋਸੈਲੂਲਰ ਹੁੰਦਾ ਹੈਗਾ। ਉਸਨੂੰ ਨਾਪਣ ਦਾ ਕੀ ਢੰਗ ਹੈ? ਸੀਰਮ ਬਿਲੀਰੂਬਿਨ ਜਿਹੜਾ ਹੈਗਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਜੌਂਡਿਸ ਨਾਲੋਂ ਬਿਲਕੁਲ ਅੱਡ ਹੈ, ਸੋਰੀ ਜੌਂਡਿਸ ਜਿਹੜਾ ਹੈਗਾ ਉਹ ਟੋਟਲ ਅਨੀਮੀਆ ਨਾਲੋਂ ਅੱਡ ਹੈ। ਅਨੀਮੀਆ ਵਿੱਚ ਹੀਮੋਗਲੋਬਿਨ ਜੋ ਕਿ RBC ਦਾ 1/3 ਹਿੱਸੇ ਵਿੱਚ ਪਿਆ ਹੁੰਦਾ ਹੈਗਾ, ਉਹ ਨਿਊਕਲੀਅਸ ਨਹੀਂ ਹੁੰਦਾ ਹੈਗਾ, ਉਹ ਐਕਟਿਵਲੀ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਨੂੰ ਚੁੱਕਦਾ ਹੈਗਾ ਅਤੇ ਉਹਨਾਂ ਨੂੰ ਉਤਾਰਦਾ ਹੈਗਾ। ਤਾਂ ਉਹ ਆਕਸੀਜਨ ਕੈਰੀਅਰ ਹੈ ਅਤੇ ਕਾਰਬਨ ਡਾਈਆਕਸਾਈਡ ਕੈਰੀਅਰ ਹੈ। ਆਕਸੀਜਨ ਨਾਲ ਜਦੋਂ ਜੁੜਦਾ ਤਾਂ ਆਕਸੀ ਹੀਮੋਗਲੋਬਿਨ ਬਣਾਉਂਦਾ ਅਤੇ ਕਾਰਬਨ ਡਾਈਆਕਸਾਈਡ ਨਾਲ ਜਦੋਂ ਜੁੜਦਾ ਤਾਂ ਕਾਰਬੋਕਸੀ ਹੀਮੋਗਲੋਬਿਨ ਬਣਾਉਂਦਾ। ਤਾਂ ਅੱਜ ਲਈ ਦੋਸਤੋ ਇੰਨਾ ਹੀ। ਅਗਰ ਚੰਗਾ ਲੱਗਿਆ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਬਾਬਾ ਦੀਪ ਸਿੰਘ ਇੰਸਟੀਚਿਊਟ ਚੈਨਲ। ਫੋਨ ਨੰਬਰ 9872468540, ਵੈਬਸਾਈਟ www.paramedicalindia.com। ਫੋਨ ਨੰਬਰ ਇੱਕ ਵਾਰੀ ਫਿਰ ਸੁਣ ਲਓ, 9872468540। ਐਡਰੈਸ ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਸਰਹੰਦ ਰੋਡ, ਚਿੱਲ, ਕਮਲ ਕਲੋਨੀ, ਗਲੀ ਨੰਬਰ 4, ਪਟਿਆਲਾ। ਧੰਨਵਾਦ ਦੋਸਤੋ। ਵੈਬਸਾਈਟ ਹੈ www.paramedicalindia.com।